ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੱਲ੍ਹ ਨੂੰ ਭਾਈ ਪੂਰੇ ਜੋਰ ਸ਼ੋਰ ਨਾਲ ਕੰਮ ਕਰ ਰਿਹਾ, ਮੈਂ ਨਾ ਕੰਮ ਆਇਆ ਉੱਥੇ, ਮੈਂ ਕਿਹਾ ਹਾਲੇ ਰਿਸ਼ਤੇ ਦਾ ਜਿਹੜਾ ਕੱਲ੍ਹ ਨਹੀਂ ਰਾਤ ਨੂੰ ਖਾਲੀ ਕਰਵਾਉਣੀ ਉਹਨਾਂ ਨੂੰ, ਅਤੇ ਕੱਲ੍ਹ ਨਹੀਂ ਕਰਨਾ ਉੱਥੇ ਕਿੰਨਾ ਕੁ, ਨਹੀਂ ਤਾਂ ਮੈਨੂੰ ਇਹ ਵੀ ਪਤਾ ਹੁੰਦਾ ਕਿੱਥੇ ਦਾ ਰਿਸ਼ਤੇ ਨਹੀਂ, ਮੈਨੂੰ ਇਹ ਵੀ ਪਤਾ ਨਹੀਂ ਹੈ ਰਿਸ਼ਤਾ ਕਿੱਥੇ ਦੇ ਆ ਰਿਹਾ। ਮੈਨੂੰ ਆਇਆ ਵੀ ਤੇਰਾ ਹੀ ਕਰੈਚਰ ਆ, ਉਹ ਪੁੱਛਦੇ ਨੀ ਉਹਨਾਂ ਨੂੰ, ਕਹਿੰਦੇ ਤਾਂ ਚਾਹ ਰੋਟੀ ਵੀ ਪੁੱਛਦੇ, ਕਹਿੰਦੇ ਸਾਡਾ ਉਹਦੇ ਨਾਲ ਘਰ ਵਾਲਾ ਕੰਮ ਹੈ। ਮੈਨੂੰ ਇਹ ਨੀ ਪਤਾ ਕਿਹੜੇ ਕਰੈਚਰ ਪਰ ਤੇਰੇ ਤਾਂ ਆ ਰਿਹਾ, ਮੈਂ ਤਾਂ ਮੈਨੂੰ ਰੇਟ ਦੱਸਦਾ ਨਾ ਉਹ ਦੱਸਦੇ, ਕਹਿੰਦੇ ਅਸੀਂ ਰੇਟ ਕਹਿੰਦੇ ਤੁਸੀਂ ਬਾਅਦ ਚ ਦੱਸੋ। ਕੱਲ ਇੱਕ ਬੰਦਾ ਆ ਗਿਆ ਮੇਰੇ ਕੋਲ ਰੇਟਾ ਲੈਣ, ਮੈਂ ਕਿਹਾ ਯਾਰ ਸਾਡਾ ਹੁਣ ਜੇ ਮੈਂ ਉਹ ਰੇਟ ਹਿਸਾਬ ਨਾਲ ਟਰਾਲੀ ਮਹਿੰਗੀ ਪੈਂਦੀ ਹੈ, ਠੀਕ ਹੈ, ਮੈਂ ਕਿਹਾ ਸਾਡੀ ਤਰ੍ਹਾਂ ਵੀ ਸਾਡਾ ਦਰਅਸਲ ਜਿਹੜੇ ਬੰਦੇ ਦਾ ਕਰੈਚਰ ਹੈ ਉਹਦੇ ਮੁੰਸ਼ੀ ਮੈਨੂੰ ਭਰਾਉਂਦੇ ਰਹੇ, ਉਹ ਰਾਤ ਕਨੇਡਾ ਤੇ ਆਇਆ 15 ਦਿਨ 17 ਵਾਰੀ ਭੂਆ ਦੇ ਵਿਆਹ ਤੇ ਗਿਆ, ਰਾਤ ਉਹਨੇ ਮੈਨੂੰ ਫੋਨ ਕਰ ਲਿਆ, ਕਹਿੰਦਾ ਬਾਈ ਕਿਆ ਹਾਲ ਚਾਲ ਆ, ਕਹਿੰਦਾ ਮੈਨੂੰ ਵੀ ਦਰਸ਼ਨ ਦੇ ਗਿਆ, ਕਹਿੰਦਾ ਕੱਲ ਨੂੰ ਰੇਤ ਦੀ ਕੋਈ ਨਾ ਕੋਈ ਟਰਾਲੀ ਭਰ ਲਈ ਹੋ ਚਾਹੇ, ਕਹਿੰਦਾ ਮਿਲ ਕੇ ਗਿਆ, ਕਹਿੰਦਾ ਮੈਨੂੰ ਆਇਆ ਮੈਨੂੰ ਤੇਰੇ ਕਰਕੇ ਉਹਨੂੰ ਵੀਰ ਬਾਈ ਮੈਨੂੰ ਤਾਂ ਕੁਛ ਨੀ, ਨਾ ਮੈਨੂੰ ਪਤਾ ਕਿਆ ਰੇਟ ਆ, ਕੁਛ ਜਾਂਦਾ ਹੈ ਟਰਾਲੀ ਭਰ ਕੇ ਭੇਜ ਦਿੰਦੇ, ਕਹਿੰਦੇ ਘਰ ਜਾ ਕੇ ਲਿਖਣੀ, ਪਹਿਲੀ ਜਿਹੜਾ ਸਰਸਾ ਲੱਗੇ ਪਿਛੋੜਾ ਪੈ ਗਿਆ ਤੇਲ ਕਿੰਨਾ ਲੱਗ ਜਾਂਦਾ, 1000 ਰੁਪਏ ਤੇਲ ਲੱਗ ਜਾਂਦਾ, ਰੇਤਾ ਭਰ ਕੇ ਵੀ ਟਰੈਕਟਰ ਦਾ ਉਹਨਾਂ ਨੇ 575 ਕੰਪਿਊਟਰ ਚ ਭਰ ਦੇਣਾ, ਉਹਨਾਂ ਜਦੋਂ ਦੱਸ ਦੇਣਾ ਇਹ 12 ਵਜੇ ਤੁਰਿਆ, 1:45 ਮਾਲਾ ਵਜੇ ਤੱਕ ਇਹਨੇ 50 ਕਿਲੋਮੀਟਰ ਤੈਅ ਕਰਨਾ, ਜੇ ਉਹ ਟਾਈਮ ਤੇ ਸਾਡਾ ਡਾਕਟਰ ਕੋਲ ਘੇਰਦੇ ਆ ਤਾਂ ਉਹਨਾਂ ਨੇ ਸਾਨੂੰ ਜੁਰਮਾਨਾ ਲਾਉਣਾ, ਕਿਲੋਮੀਟਰ ਪਾ ਦੇਣੇ ਉਹਨਾਂ ਨੇ ਲੋਕੇਸ਼ਨ ਚੱਕ ਲੈਣੀ, ਮੁੜ ਕੇ ਪਰਚੀ ਨਾ 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 ਜੁਰਮਾਨਾ, ਉਹ ਕਹਿੰਦਾ ਤੁਸੀਂ ਕਿਹੜਾ ਲਾ ਲੈਣਾ ਪਰ ਸਾਨੂੰ ਪ੍ਰੈਸ਼ਰ ਨੂੰ 1.5 ਲੱਖ ਜੁਰਮਾਨਾ, GST ਨੰਬਰ ਲੱਗਿਆ ਹੋਇਆ ਠੀਕ ਆ ਵਧੀਆ ਚੰਗਾ ਚਲੋ ਬਾਕੀ ਬਾਈ। ਲੋ ਬਾਈ ਚੱਲ ਰਿਹਾ ਕੰਮ ਮਕਾਨ ਦਾ ਵੀ, ਇੱਧਰ ਮਹਿਕ ਖੜਾ ਚੋਬਰ ਕਿੱਧਰ ਚਗਾਠੜ ਤਗੜੀ ਰੱਖੀ ਵੀ ਆਹ ਮੇਨ ਗੇਟ ਦੀ ਹੈਨਾ, ਬਾਕੀ ਹੋ ਗਈਆਂ ਬਾਈ ਲੋ ਟਾਕੀਆਂ ਸ਼ੁਰੂ ਖੜਨੀਆਂ ਅਤੇ ਬਾਕੀ ਚਗਾਠਾਂ ਪਈਆਂ ਕੁਛ ਕਹੋ ਪਈਆਂ ਬਾਈ, ਹਾਲੇ ਉੱਧਰ ਕੁਛ ਕਾਉਣੀਆਂ ਹੋਣੀਆਂ, ਹਾਲੇ ਆਉਣੀ ਤਾਂ ਨਹੀਂ ਕੋਈ। ਅੱਛਾ ਉਹ ਜਿਹੜੀ ਐਂ ਜੂਟ ਐਲ ਟੈਪ, ਅੱਛਾ ਲੋ ਬਾਈ ਦੇਖੋ ਕੰਧਾਂ ਦੀ ਚਿਣਾਈ
ਆ ਟਿੱਪਰ ਚੱਲ ਰਿਹਾ ਬਾਈ ਇੱਧਰ ਭਾਰਤ ਨੂੰ। ਬਾਕੀ ਧੁੱਪ ਪੂਰੀ ਨਾਲ ਦੀ ਨਾਲ ਹੈ ਵੱਧ ਹੀ ਆ ਹੈ ਨਾ। ਸਹੀ ਗੱਲ ਆ। ਲਓ ਬਾਈ ਵਿੱਚੇ ਬਹੁਤ ਕੰਮ ਚੱਲ ਰਿਹਾ, ਵਿੱਚੇ ਰੋੜੀ ਦਾ ਕੰਮ ਵੀ ਚੱਲ ਪਿਆ, ਸਾਰੇ ਕੰਮ ਬਰਾਬਰ ਚੱਲ ਰਹੇ ਆ। ਅੱਛਾ ਠੀਕ ਆ, ਆ ਗਈ ਬਾਈ ਰੇਤਾ ਭਰਤ ਵਾਲਾ, ਆ ਪਿਆ ਚਣਾਈ ਵਾਲਾ, ਉੱਧਰ ਮਿਸਤਰੀ, ਇੱਧਰ ਇੱਟ। ਚੱਲੀ ਚਲੋ ਚੱਲੀ ਚਲੋ, ਇੱਟ ਨੂੰ ਪਾਣੀ ਲੱਗਿਆ ਵਾ, ਸੁੱਕੀ ਚੱਲਦੀ ਆ ਬਾਈ। ਮਿਸਤਰੀਆਂ ਦੇ ਕੋਲ ਬੰਦੇ ਇੱਟਾਂ ਫੜਾਉਣ ਵਾਲੇ ਵੀ ਪੂਰੇ ਦੇ ਪੂਰੇ, ਅਤੇ ਇੱਧਰ ਏ ਸੀ ਵੀ ਨਾਲ ਦੀ ਨਾਲ ਲਾਇਆ ਵਾ। ਆਹ ਏ ਸੀ ਦੀ ਮੌਜ ਆ ਹੈ ਨਾ, ਸਹੀ ਗੱਲ ਆ ਬਾਈ। ਇੱਥੇ ਤਾਂ ਦੇਖਦਾ ਨਕਸ਼ਾ ਕੁਛ ਕੁ ਬਣਿਆ ਵਾ ਕੰਮ ਦਾ, ਹੈਂ ਕੱਲ੍ਹ ਤੱਕ ਫਿਰ ਆਇਆ ਨਾ। ਹੁਣ ਚੰਗਾਠਾਂ ਵੀ ਖੜੀਆਂ ਹੋਣ ਲੱਗ ਗਈਆਂ ਸਾਰੀਆਂ, ਹੁਣ ਕੱਲ੍ਹ ਅੰਦਰ ਵਾਲੀਆਂ ਵੀ ਹੋ ਜਾਣੀਆਂ ਖੜੀਆਂ ਹੌਲੀ ਹੌਲੀ, ਠੀਕ ਨੀ। ਗਰਮੀ ਦਾ ਫਿਰ ਪੱਤਰ, ਹੁਣ ਫਸਲ ਵੀ ਪੱਕਣੀ ਹੈ ਨਾ, ਇੱਕ ਹੈਂ ਹੋ ਜਾਂਦੀ ਆ ਦਿਨਾਂ 'ਚ ਹੋ ਜਾਂਦੀ ਹੈ। ਬਾਕੀ ਮੌਸਮ ਬਾਈ ਨੀਲਾ ਐਨ ਆਸਮਾਨ, ਠੀਕ ਨੀ। ਬਾਕੀ ਇੱਟ ਦੀ ਮਜ਼ਬੂਤੀ ਬਹੁਤ ਆ, ਆਪਾਂ ਕਹਿੰਦੇ ਹੁੰਦੇ ਆ ਐਨ ਪੂਰੀ ਬਾਈ ਜੰਬਸੀ ਜਾਂ ਬਣੀ ਵੀ ਊਂ ਵੀ ਜੱਚਦੀ ਆ। ਦੇਖੋ ਕੰਧ ਹੋਈ ਵੀ ਇੱਧਰ ਐਨ 5 ਇੰਚੀ ਕੰਧ ਹੋਈ ਵੀ ਆ, ਜੱਚਦੀ ਆ ਨਾ। ਬਾਕੀ ਮਿਸਤਰੀਆਂ ਕੋਲ ਬਾਈ ਸਮੈਂਟ ਵੀ ਮੂਹਰੇ, ਜਿਹੜਾ ਆਪਾਂ ਰੇਤਾ ਲਿਆਉਂਦੇ ਆ ਕਾਂਡੀ ਦੇ ਰੁੜ ਦਾ ਲੰਬੜ, ਡਿਊਟੀ ਬਦਲਤੀ ਹੈ, ਠੀਕ ਆ। ਚਲੋ ਕੰਮ ਚਾਹੀਦਾ ਆਪਾਂ ਤਾਂ ਕਰਨ ਨੂੰ, ਕਹਿ ਦੂਰ ਸਹੀ ਨੇੜੇ ਸਹੀ ਹੈ ਨਾ। ਚਲੋ ਬਾਈ ਔਰ ਚੱਲ ਠੀਕ ਹੈ, ਠੀਕ ਨਹੀਂ ਉਹ ਹੈ ਤਾਂ ਕੁਛ ਨਹੀਂ, ਚੱਲ ਹੈ ਤਾਂ ਕੰਮ ਹੈ ਹਾਲੀ, ਉਈ ਉਹ ਹੋ ਹੀ ਜਾਂਦਾ ਹੈ ਤੋੜ ਤੜਈਆ ਕਰੀ, ਚੱਲ ਚੱਕੀ ਚੱਲ ਮਟੀਰੀ ਜਾਂਦੇ ਦੇਖ ਕੇ, ਠੀਕ ਨਹੀਂ। ਚਲੋ ਬਾਈ ਚੱਲ, ਹਾਂ ਠੀਕ ਆ ਚੱਲਦੇ ਟਿੱਪਰ, ਸਹੀ ਚੱਲਦੇ ਆ, ਠੀਕ ਆ ਠੀਕ ਆ। ਹਾਂ ਉਹਦੇ ਬਾਈ ਉਹ ਉਹਦਾ ਬੰਦੇ ਦਾ ਅਲੱਗ ਹੈ ਸਟਾਈਲ ਚੱਕਣ ਦਾ, ਇੱਟਾਂ ਇਹ ਉਹਦੇ ਮਿੱਟੀ ਨਹੀਂ ਉੱਪਰ ਗਿਰਨੀ ਚਾਹੀਦੀ। ਆਹ ਬੰਦਾ ਦੇਖ ਲਓ ਆਹ ਵੀ ਆ ਰਿਹਾ, ਅੱਛਾ ਹਾਂ ਦਸਤਾਨਿਆਂ ਨਾਲ ਚੱਲਣ ਦਾ ਕੰਮ ਬਾਈ, ਜ਼ੋਰ 'ਤੇ ਗੇਰ ਦਿਓ ਚਾਹ ਇੱਟ ਨੂੰ, ਦੇਖਿਓ ਉੱਟਦੀ ਨਹੀਂ ਪਰ ਇਹ ਆਹ ਦੇਖੋ ਕਿਸ ਤਰ੍ਹਾਂ ਗੇਰਦੇ ਜਾਂਦੇ, ਉਹ ਤਾਂ ਰੱਖਦਾ ਆਰਾਮ ਨਾਲ ਇਹ ਕੈਡੀਏਟ। ਚਲੋ ਚੱਲਦਾ ਬਾਈ ਕੰਮ ਠੀਕ ਹੈ, ਸਾਰੇ ਕੰਮ ਇੱਕਣਾ ਮਹਾਰਾਜ ਸਾਰਿਆਂ ਨੂੰ ਬਾਈ, ਘਰ ਰੋਟੀ ਸਾਰਾ ਕੁਛ ਬਖਸ਼ੇ, ਚੜ੍ਹਦੀਆਂ ਗੱਲਾਂ 'ਚ ਰੱਖੇ। ਉਹ ਦੇਖ ਲਓ ਬਾਈ ਪੁਰਾਣਾ ਫਰਸ਼, ਇਹ ਉੱਚੇ ਕਮਰੇ ਦਾ ਬਾਈ ਜਿਹੜਾ ਬਾਅਦ 'ਚ ਬਣਾਇਆ ਤਾ, ਇਹ ਤਾਂ ਨੀਵੇਂ ਕਮਰਿਆਂ ਦਾ ਫਰਸ਼ ਉਹ ਆ ਬਾਈ ਹੇਠਾਂ, ਇੱਥੇ ਉਹ ਮਿੱਟੀ ਪਈ ਆ। ਬਾਕੀ ਉਹ ਪਈਆਂ ਚੰਗਾਠਾਂ ਬਾਈ ਜਿਹੜੀਆਂ ਮੈਂ ਕਿਹਾ ਉਹ ਸਾਹਮਣੇ ਹੇਠਾਂ ਤੱਕ ਬਣੀਆਂ ਪਈਆਂ। ਚਲੋ ਬਾਕੀ ਆ ਟੀਨਾ ਟੂਨਾ ਪੱਟੀਆਂ ਬਾਈ ਜਿਹੜੀਆਂ, ਉਹਦਾ ਸਮਾਨ ਇੱਧਰ ਸਾਈਡ ਪਰ ਪਿਆ ਹੈ। ਡੈਡੀ ਕਿੱਧਰ ਆ ਘਰ ਨੂੰ? ਅੱਛਾ ਠੀਕ ਆ,
ਚਲੋ ਲੋ ਬਾਈ ਬੈਠੇ ਆ ਸਾਰੇ, ਇੱਧਰ ਮਿਲੋ ਬਾਈ ਨੂੰ। ਸਤਿ ਸ਼੍ਰੀ ਅਕਾਲ ਜੀ, ਇੱਧਰ ਮਿਲੋ ਬਾਈ ਖਾਲਸਾ ਬਾਈ ਫਤਿਹ ਜੀ। ਉੱਧਰ ਬਾਈ ਵਿੱਕੀ ਬਾਈ ਬੈਠਾ। ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ, ਸਾਬਕਾ ਸਰਪੰਚ ਸਾਹਿਬ, ਸਾਬਕਾ, ਠੀਕ ਹੈ। ਫੋਨ 'ਚ ਵੀ ਲਿਖਿਆ ਵਾ ਬਾਈ, ਮੈਂ ਝੂਠ ਨਹੀਂ, ਬਾਪੂ ਸਰਪੰਚ ਰਹੇ, ਬਾਪੂ ਕਰਕੇ ਪਹਿਲਾਂ ਤੇ ਸਰਪੰਚ ਵੱਜਦੇ ਆ, ਸਿੱਧਾ ਇਹਨਾਂ ਦੇ ਘਰੇ ਜਾਣਗੇ। ਇਹ ਮੈਂ ਕਹਿੰਦਾ ਵਿੱਕੀ ਬਾਈ ਜਿਹੜੀ ਡਾਕਟਰ ਨੇ ਵਰਜਿਸ ਕਿਹਾ ਬਹੁਤ ਕਰਦਾ, ਕਿੰਨਾ ਟਾਈਮ ਬਚਣਾ ਇੱਕ ਦੇੜੀ ਚ ਡਿੱਬਣ। ਮੈਨੂੰ ਨਾ ਡਾਕਟਰ ਕਹਿੰਦਾ ਤੂੰ ਮੜਾ ਮੜਾ ਘੁੰਮਿਆ ਫਿਰਨਾ, ਚੱਲ ਮੈਂ ਉੱਥੇ ਘਰੇ ਥੱਕ ਗਿਆ ਬੈਠਾ ਬੈਠਾ। ਤੈਨੂੰ ਪਤਾ ਇੰਨਾ ਔਖਾ ਹੋਇਆ, ਦੋ ਦਿਨ ਮੈਨੂੰ ਪਤਾ ਮੈਂ ਕੀ ਘੁੰਮਣੇ ਫਿਰਨ ਵਾਲੇ ਬੰਦੇ ਨੂੰ ਔਖਾ ਹੋ ਜਾਂਦਾ। ਮੈਂ ਤਾਂ ਹੀ ਮੈਂ ਕਿਹਾ ਚੱਲ ਹੌਲੀ ਹੌਲੀ ਕਰਦਾ ਕਰਦਾ ਬੰਦੇ ਦਾ ਪਹਿਰਾ ਪੱਕਾ ਹੀ ਰਹਿੰਦਾ, ਉਹ ਤਾਂ ਹੈ ਹੀ ਹਨਾ। ਬਣ ਗਿਆ ਪਾਪਾ ਜੀ, ਗੱਲ ਪੜਦੇ ਕਹਿੰਦੇ ਕਿੱਥੇ ਮਿਲਿਆ, ਮਾਂ ਜੀ ਚੌਂਤੇ ਮਿਲਿਆ ਜੋੜ ਖੜਕਾਉਣਾ ਨੀ ਖੁੱਲਾ। ਚੱਲਣ ਤੂੰ ਸਿਹਤ ਦਾ ਦੱਸ ਹਾਲ ਵਾਲ, ਓਕੇ ਠੀਕ ਆ। ਡਰਾਈਵਰ ਕਦ ਆ ਜੂਗਾ ਹੁਣ ਮਸ਼ੀਨ? ਰਾਜੀ ਬਾਈ ਮਿਲੇ ਦਾ ਕੱਲ, ਰਾਜੀ ਬਾਈ ਕੱਲ ਆਇਆ ਤਾਂ ਨਾਲੇ ਖਬਰਸਾਰ ਲੈ ਗਿਆ। ਉਹ ਤਾਂ ਮੇਰੇ ਕਰਕੇ ਰੁਕੇ, ਮੈਂ ਕੁਛ ਐਤਕੀ ਹੜਤਾਲਾਂ ਦੇ ਵੀ ਚੱਲਦੀਆਂ ਮੰਡੀ ਚ ਨਹੀਂ, ਜਿਹੜੀ ਪੱਕੀ ਉਹਨਾਂ ਤਾਂ ਆਲੂ ਘਰ ਰੱਖ ਕੇ ਲਾ ਲੈਣੇ ਆਪਣੇ ਜੀਰੀ ਕਹਿੰਦਾ। ਮੰਡੀ ਬਾਈ ਹਾਲੇ ਉਹਨਾਂ ਨੇ ਬੋਰੀ ਨੀ ਭਰਨੀ ਪਹਿਲੀ ਤਰੀਕ ਤੱਕ ਬਿਲਕੁਲ ਵੀ, ਜਦ ਤੱਕ ਤੂੰ ਲੈ ਜਾ ਮੰਡੀ, ਤੇਰੀ ਬੋਲ ਦੂੰਗਾ ਇਕੱਠੀ ਕਰ ਲੂੰਗਾ, ਢੇਰ ਦਿਨ ਬੋਰੀ ਨੀ ਭਰਨੀ। ਕਾਗਜ਼ ਹਾਂ, ਪਰ ਹੁਣ ਸੈਲਰ ਖੁੱਲ ਵੀ ਦੋ ਤਿੰਨ ਸਾਲ ਚ ਸੋਣਗੇ, ਸਾਡੇ ਨਾਲ ਤੇ ਪਤਾ ਵੀ ਤੇਰੇ ਕੋਲ ਕਿੱਕਣਾ ਗਾਹਕ ਆਉਂਦੇ ਤੇ ਕਿੱਕਣਾ ਘੱਟ ਆਉਣ ਲੱਗ ਗਏ। ਦੇਖ ਲਾ ਦੱਸ, ਮੈਨੂੰ ਤਾਂ ਹੁਣ ਵੀ ਲੱਗੇ ਹੋਏ ਆ, ਹੁਣ ਜਿਹਨੇ ਆਡੂ ਲਾਉਣੇ ਤਾਂ ਕਹਿੰਦਾ ਵੱਢ ਕੇ ਮਟੇਰੀ ਲਾ ਰੱਖੀ ਬਸ, ਉਹਨਾਂ ਦਾ ਟਾਈਮ ਨਾਲ ਕਰਨਾ ਹੈ ਠੀਕ ਹੈ। ਬਾਰਾਂ ਸੌ ਰੁਪਏ, ਹਾਂ ਹਜ਼ਾਰ ਬਾਰਾਂ ਸੌ ਦਾ ਕੱਟਾ ਹੈ।
ਖਜਾਲਤ ਬਹੁਤ ਆ ਉਸ ਟਾਈਮ 1000 ਰੁਪਏ ਨੂੰ ਆਪਾਂ ਨੂੰ ਖਾਣੇ ਵਾਲਾ ਮਿਲ ਜਾਣਾ ਹਾਂ 1000 ਨੂੰ ਮਿਲੂਗਾ 7-500 ਨੂੰ ਮਿਲ ਜਾਣਾ ਉਸ ਟਾਈਮ ਸਹੀ ਗੱਲ ਹੈ ਕਮਾਲਪੁਰ ਕੱਲ ਲਾਤੇ ਉਹਨਾਂ ਨੇ ਭੂਮੀ ਦਾ ਉੱਥੇ ਕਮਾਲਪੁਰ ਹੁਣ ਮੇਰੇ ਸਹੁਰੇ ਨੇ 15 ਦਿਨ ਹੋ ਕੇ ਲਾਇਆ ਨੂੰ ਉਹਨਾਂ ਨੇ ਚਰੀ ਵਾਲੇ ਖੇਤਾਂ 'ਚ ਲਾਤੇ ਉਹ ਤਾਂ ਕੁਦਰਤੀ ਮੌਸਮ ਦੀ ਬਿਮਾਰ ਹੁੰਦੀ ਹੈ ਹੁਣ ਕਈ ਬੰਦੇ ਅਲੱਗ ਅਲੱਗ ਤਰ੍ਹਾਂ ਲਾਉਂਦੇ ਕਈ ਨੇ ਬੀਜ ਰੱਖਣਾ 65 ਦਿਨ ਦਾ ਸੇਜਾ ਵੱਢ ਦੇਣਾ ਉਹਨਾਂ ਨੇ ਹੁਣ ਲਾ ਦੇਣਾ ਉਹਨਾਂ ਨੇ ਕੋਰਾ ਪੈਣਾ ਨਹੀਂ ਦੇਣਾ ਬੀਜ ਪਰ ਇਹ ਅਲੱਗ ਅਲੱਗ ਸੋਚ ਰੱਖਦੇ ਨਾ ਤੈਨੂੰ ਤਾਂ ਹੁਣ ਬਾਈ ਸੱਤ ਜ਼ਿਆਦਾ ਪਤਾ ਖਰੀਦ ਆ ਹੁਣ ਆ ਰਿਹਾ ਤੇਰਾ ਖੰਨੇ ਦੇਖ ਲੈ ਕਿਹੜੇ ਹਿਸਾਬ ਨਾਲ ਬਾਸਮਤੀ 1500 ਨਾਲ ਜਾ ਰਹੀ ਬਾਈ ਆਪਾਂ ਇਹ ਦਿਨ ਚ ਗਏ ਤੇ ਜਸ਼ਨ ਦੇ ਵਿਆਹ ਨੂੰ ਦੇਖ ਲੈ ਉੱਥੇ ਵੱਢਣ ਲੱਗ ਗਏ ਅੱਛਾ ਆਪਾਂ ਤੇ ਅਗੇਤਾ ਜਿਹੜਾ ਆਪਣਾ ਲੁਧਿਆਣੇ ਵਾਲਾ ਮੇਲਾ ਸਾਰੀ ਸਟੇਟ ਚ ਘੁੰਮਦਾ ਹਨਾ ਅਲੱਗ ਅਲੱਗ ਜ਼ਿਲ੍ਹਿਆਂ ਚ ਹੁੰਦਾ ਇਹ ਤਗੜਾ ਆਪਣਾ ਹੀ ਇਹ ਉੱਥੇ ਵੀ ਹੋ ਲਿਆ ਤੇਰਾ ਜਿਹੜਾ ਗੰਨੇ ਵਾਲਾ ਉਹ ਆ ਰਿਆੜ ਕਿੱਧਰ ਦਾ ਉਹ ਬਠਿੰਡੇ ਏਰੀਏ ਦਾ ਉੱਥੇ ਵੀ ਹੋ ਰਿਹਾ ਹੁੰਦਾ ਬਾਈ ਬਿੰਦਰ ਬਾਈ ਹੈਗੇ ਉੱਥੇ ਵੀ ਹੋ ਲਿਆ ਰਾਜਪੁਰ ਵੀ ਹਾਂ ਉਹ ਐਂ ਕਹਿੰਦੇ ਵੀ ਲੁਧਿਆਣੇ ਸਭ ਤੋਂ ਬੜੀ ਹੈ ਹਾਂ ਵੀ ਇਹ ਗੜ੍ਹ ਹੈ ਸਹੀ ਗੱਲ ਆ ਚਲੋ ਬਾਈ ਬੈਠੇ ਆ